ਸਾਹਤੀ ਕਾਲਜੀ ਸਾਰਿਆਂ ਨੂੰ ਬ੍ਰੇਕਫਾਸਟ ਵਿੱਚ ਮੈਂ ਖਾਦਾ ਐਪਲ ਔਰ ਨੇ ਚੈਨੋਯਾਗੀ ਵੈਨ ਫਤੇ ਤੇ ਵੜ ਗਿਆ ਵੈਨ ਦੇ ਵਿੱਚ ਜਾ ਕੇ ਫਟਾਫਟ ਲੇਕਿਨ ਮੈਂ ਹੋ ਗਈ ਲੇਟ ਫਿਰ ਮੈਂ ਵੀ ਗਈ ਅਸੀਂ ਆਗੇ ਸਕੂਲ ਤੋਂ ਸਕੂਲ ਤੋਂ ਆ ਕੇ ਅਸੀਂ ਆਪਣੀ ਡ्रेसेस ਚੇਂਜ ਕੀਤੀਆਂ ਤੇ ਆਪਣੀ ਵਾਟਰ ਬੋਟਲਸ ਨੂੰ ਫਿਲ ਕੀਤਾ ਕਿਉਂਕਿ ਅਸੀਂ ਜਾਣਾ ਸੀ ਮਾਰਕੀਟ ਸਭ ਤੋਂ ਪਹਿਲਾਂ ਤੇ ਮੈਂ ਰਖਵਾਏ ਗੱਡੀ ਦੇ ਵਿੱਚ ਕੂਰੀਅਰਸ ਕਿਉਂਕਿ ਉਹ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਜਦੋਂ ਅਸੀਂ ਮਾਰਕੀਟ ਜਾਣਾ ਹੁੰਦਾ ਹੈ ਅੱਜ ਮੰਮਾ ਨੇ ਨੇਲ ਐਕਸਟੈਂਸ਼ਨਸ ਵੀ ਕਰਵਾਉਣੇ ਸਨ ਸਭ ਤੋਂ ਪਹਿਲਾਂ ਸੀ ਉੱਥੇ ਗਏ ਮਮਾ ਨੇ ਨੇਲ ਐਕਸਟੈਂਸ਼ਨਸ ਕਰਵਾਏ ਲੇਕਿਨ ਮੈਨੂੰ ਉੱਥੇ ਬਹੁਤ ਭੁੱਖ ਲੱਗੀ ਇਸ ਕਰਕੇ ਮੈਂ ਰੋਲ ਖਾਦਾ ਫਿਰ ਦਾਦੀ ਮੰਮਾ ਨੂੰ ਵੀ ਅਸੀਂ ਨੇਲ ਪੇਂਟ ਲਗਵਾਈ ਤੇ ਮੈਨੂੰ ਥੋੜੀ ਜੀ ਐਸੈਸਰੀਜ਼ ਮਿਲ ਗਿਆ ਨੇਲਟ ਵਾਲੀ ਮੈਂ ਤੇ ਬਹੁਤ ਖੁਸ਼ ਹੋ ਗਈ ਫਿਰ ਅਸੀਂ ਜੁਐਲਰੀ ਸ਼ਾਪ ਤੇ ਗਏ ਉੱਥੇ ਬੈਂਗਲਸ ਵੇਖਿਆ ਮੇਰੇ ਡਰੈਸ ਦੇ ਨਾਲ ਮੈਚਿੰਗ ਕਿਉਂਕਿ ਅਸੀਂ ਵੈਡਿੰਗ ਤੇ ਜਾਣਾ ਫਿਰ ਅਸੀਂ ਕਰਾਈ ਬਿਲਿੰਗ ਮੈਨੂੰ ਨਾ ਬ੍ਰੇਸਲੇਟਸ ਪਸੰਦ ਆਇਸਾ ਲੇਕਿਨ ਮਮਾ ਨੇ ਮੈਨੂੰ ਲੈ ਕੇ ਨਹੀਂ ਦਿੱਤੇ ਫਿਰ ਅਸੀਂ ਖਾਣ ਪੀਣ ਆ ਗਏ ਅਸੀਂ ਖਾਦੇ ਮੋਮੋਸ ਫਿਰ ਸਪਾਇਰਲ ਪੋਟੈਟੋ ਦਾदू ਵਾਸਤੇ ਅਸੀਂ ਲਈ